ਐਨਆਰਆਈ ਟੀਵੀ ਤੇ ਤੁਹਾਡਾ ਸਵਾਗਤ ਹੈ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹਰ ਖਬਰ ਤੱਕ ਪਹੁੰਚਣ ਲਈ ਬੈਲ ਆਈਕਨ ਦਬਾਉਣਾ ਬਿਲਕੁਲ ਨਾ ਭੁੱਲਿਓ। ਟਵਿੱਟਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫਾਲੋਅਰਸ ਦੀ ਗਿਣਤੀ ਚ ਕਮੀ ਆਈ ਹੈ। ਟਵਿੱਟਰ ਨੇ ਜਾਅਲੀ ਅਕਾਊਂਟ ਬੰਦ ਕਰਨ ਦੀ ਇਹ ਮੁਹਿੰਮ ਚਲਾਈ, ਜਿਸ ਤੋਂ ਬਾਅਦ ਇਹ ਕਮੀ ਦੇਖਣ ਨੂੰ ਮਿਲੀ। ਤੁਹਾਨੂੰ ਦੱਸ ਦਈਏ ਕਿ ਟਵਿੱਟਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ 3 ਲੱਖ ਫਾਲੋਅਰਸ ਘੱਟ ਹੋਏ ਹਨ। ਟਵਿੱਟਰ ਦੀ ਇਸ ਮੁਹਿੰਮ ਤਹਿਤ ਹੁਣ ਤੱਕ 7 ਕਰੋੜ ਜਾਅਲੀ ਅਕਾਊਂਟ ਡਿਲੀਟ ਕੀਤੇ ਗਏ ਹਨ। ਇਸ ਵਜ੍ਹਾ ਕਾਰਨ ਕਈ ਵੱਡੀਆਂ ਹਸਤੀਆਂ ਦੇ ਫਾਲੋਅਰਸ ਦੀ ਗਿਣਤੀ ਚ ਵੀ ਕਮੀ ਆਈ ਹੈ। ਤੁਹਾਨੂੰ ਇਹ ਵੀ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਹਿਲਾਂ 4 ਕਰੋੜ 34 ਲੱਖ ਫਾਲੋਅਰਸ ਸਨ, ਜੋ ਹੁਣ 4 ਕਰੋੜ 31 ਲੱਖ ਹੋ ਗਏ ਹਨ। ਬਿਊਰੋ ਰਿਪੋਰਟ ਦਾ ਐਨਆਰਆਈ ਟੀਵੀ।